ਹਾਂਜੀ ਪਿਆਰੇ ਵਿਦਿਆਰਥੀਓ, ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ ਯੂਟਿਊਬ ਚੈਨਲ 'ਤੇ। ਅੱਜ ਦੀ ਵੀਡੀਓ 'ਚ ਬੇਟਾ ਆਪਾਂ ਗੱਲ ਕਰਾਂਗੇ ਜੋ ਤੁਹਾਡਾ 8ਵੀਂ ਜਮਾਤ ਦਾ ਅੱਜ ਪੰਜਾਬੀ ਦਾ ਪੇਪਰ ਹੋਏਗਾ, ਉਸ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ। ਇੱਕ ਤਰ੍ਹਾਂ ਦੀ ਆਂਸਰ ਕੀ ਹੈ, ਇਸ ਤੋਂ ਤੁਸੀਂ ਆਪਣੇ ਜਿਹੜੇ ਸਹੀ ਉੱਤਰ ਹੈਗੇ ਉਹਨਾਂ ਦਾ ਮਿਲਾਨ ਕਰ ਲਿਓ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਕਿੰਨੇ ਅੰਕ ਤੁਹਾਡੇ ਇਸ ਪੇਪਰ ਦੇ ਵਿੱਚੋਂ ਬਣਨੇ ਹੈਗੇ। ਤਾਂ ਪਹਿਲਾ ਜਿਹੜਾ ਪ੍ਰਸ਼ਨ ਸੀ ਉਹ ਸੁੰਦਰ ਲਿਖਾਈ ਲਈ ਸੀ, 5 ਅੰਕ ਜਿਹੜੇ ਕਿ ਤੁਹਾਨੂੰ ਅਗਰ ਪੇਪਰ ਤੁਸੀਂ ਸਾਫ਼ ਅਤੇ ਵਧੀਆ ਲਿਖਿਆ ਹੋਏਗਾ ਤਾਂ ਮਿਲਣਗੇ। ਦੂਸਰਾ ਜਿਹੜਾ ਪੈਰਾ ਸੀ ਬੇਟਾ, ਇਹ ਗੁਰੂ ਅਰਜਨ ਦੇਵ ਜੀ ਨਾਲ ਰਿਲੇਟਡ ਸੀ। ਕੱਲ੍ਹ ਜਿਹੜਾ ਆਪਾਂ ਇੱਕ ਸੈਂਪਲ ਪੇਪਰ ਪਾਇਆ ਸੀ ਬੇਟਾ, ਉਸ ਦੇ ਵਿੱਚੋਂ ਠੀਕ ਹੈ ਇਹ ਪੈਰਾ ਦਿੱਤਾ ਗਿਆ ਸੀ, ਆਪਾਂ ਹੂ ਪੈਰਾ ਕਰੇਗਾ ਅਤੇ ਹੋਰ ਬਹੁਤ ਸਾਰੇ ਕੁਐਸਚਨ ਸੀ। ਲਗਭਗ ਉਸ ਪੇਪਰ ਦੇ ਵਿੱਚੋਂ 25 ਤੋਂ 30 ਨੰਬਰ ਦਾ ਕੰਮ ਸੀ ਜਿਹੜਾ ਉਹ ਆ ਰਿਹਾ ਹੈਗਾ। ਤਾਂ ਉਹ ਆਪਾਂ ਇੱਕ ਕਰਕੇ ਹੱਲ ਕਰ ਦਿਆਂਗੇ, ਸਹੀ ਉੱਤਰ 'ਚ ਅਸੀਂ ਮਿਲਾਉਂਦੇ ਜਾਇਓ ਆਪਣੇ ਪੇਪਰ ਨਾਲ। ਸ਼੍ਰੀ ਗੁਰੂ ਅਮਰਦਾਸ ਜੀ ਨੇ ਦੋਤਾ ਬਾਣੀ ਕਾ ਬਹੁਤਾ ਸ਼ਬਦ ਕਿਸ ਨੂੰ ਕਹੇ ਸੀ? ਗੁਰੂ ਅਰਜਨ ਦੇਵ ਜੀ ਨੂੰ। ਪੈਰੇ ਦੇ ਵਿੱਚ ਉੱਤਰ ਸੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਸੀ? 2218 ਸ਼ਬਦਾਂ ਦੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈਗੀ? ਸੁਖਮਨੀ ਸਾਹਿਬ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸੀ? ਵੀ 30 ਰਾਗਾਂ ਦੇ ਵਿੱਚ। ਗੁਰੂ ਨਾਨਕ ਅਰਜਨ ਦੇਵ ਜੀ ਦਾ ਮਨਪਸੰਦ ਸਾਜ ਕਿਹੜਾ ਗਾ? ਵੀ ਸਰੰਦਾ। ਬਹੁਤ ਸੌਖਾ ਸੀ ਪਹਿਲਾ ਪੈਰਾ। ਦੂਸਰਾ ਪੈਰਾ ਡਾਕਟਰ ਮਹਿੰਦਰ ਸਿੰਘ ਰੰਧਾਵਾ, ਉਹਨਾਂ ਦੇ ਕਰਤਾਰ ਨਾਲ ਰਿਲੇਟਡ ਹੈ। ਡਾਕਟਰ ਮਹਿੰਦਰ ਸਿੰਘ ਰੰਧਾਵਾ ਕਿਸ ਦੇ ਕਦਰਦਾਨ ਸਨ? ਹਾਂਜੀ, ਕਿਸ ਦੇ ਕਦਰਦਾਨ ਸੀ? ਵੀ ਮਿਹਨਤ ਦੇ, ਮਿਹਨਤ ਕਸ਼ ਵਿਅਕਤੀ ਸੀ ਜਿਹੜੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਸੀ। ਦੂਸਰਾ, ਕਿੱਥੋਂ ਦਾ ਜ਼ਿਮੀਂਦਾਰ ਮਿਹਨਤ ਬਹੁਤ ਕਰਦਾ ਗਾ? ਹਾਂਜੀ, ਕਿੱਥੋਂ ਦਾ? ਵੀ ਪੰਜਾਬ ਦਾ। ਪੰਜਾਬ ਵਿੱਚ ਖੁਸ਼ਹਾਲੀ ਕਿਸ ਤਰ੍ਹਾਂ ਆਵੇਗੀ ਜੇਕਰ ਪੰਜਾਬ ਦਾ ਜ਼ਿਮੀਂਦਾਰ ਖੁਦ ਖੁਸ਼ਹਾਲ ਹੋਏਗਾ? ਡਾਕਟਰ ਮਹਿੰਦਰ ਸਿੰਘ ਰੰਧਾਵਾ ਕਿਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਨੇ? ਹਾਂਜੀ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ। ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਕਿਸ ਕੰਮ ਲਈ ਯੂਨੀਵਰਸਿਟੀ ਵਿੱਚ ਵਿਭਾਗ ਸਥਾਪਿਤ ਕੀਤਾ? ਹਾਂਜੀ, ਖੇਤਾਂ ਨੂੰ ਵਾਹਣ ਦੇ ਵਿਗਿਆਨਿਕ ਢੰਗ, ਬੀਜਣ ਦੇ ਵਿਗਿਆਨਿਕ ਢੰਗ, ਫਸਲਾਂ ਨੂੰ ਖਾਦਾਂ ਪਾਉਣ ਦੇ ਉਪਰੋਕਤ ਸਾਰੇ। ਸੱਸ ਆਪਸ਼ਨ ਇਹਦੇ ਲਈ ਸਹੀ ਸੀ ਬੇਟਾ। ਹਾਂਜੀ, ਇਸ ਤੋਂ ਬਾਅਦ ਵੀ ਉਪਰੋਕਤ ਪੈਰਿਆਂ ਵਿੱਚੋਂ ਨਾਮ ਅਤੇ ਕਿਰਿਆ ਚੁਣਨੀ ਸੀ। ਠੀਕ ਹੈ, ਜੇਕਰ ਆਪਾਂ ਨਾਮ ਕਰੀਏ ਤਾਂ ਬਹੁਤ ਸਾਰੇ ਸੀ, ਜਿਵੇਂ ਇਹਨਾਂ ਪੈਰਿਆਂ ਦੇ ਵਿੱਚੋਂ ਡਾਕਟਰ ਰੰਧਾਵਾ ਸਿੰਘ ਸੀ, ਡਾਕਟਰ ਮਹਿੰਦਰ ਸਿੰਘ ਰੰਧਾਵਾ, ਠੀਕ ਹੈ, ਯੂਨੀਵਰਸਿਟੀ ਲੁਧਿਆਣਾ, ਠੀਕ, ਹੋਰ ਉੱਪਰ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ, ਇਹ ਨਾਮ ਸੀ। ਕਿਰਿਆ, ਠੀਕ ਹੈ, ਜਿਵੇਂ ਕਰਦਾ ਹੈ, ਠੀਕ ਹੈ, ਆਵੇਗੀ, ਹੋਵੇਗਾ, ਇਹ ਸਾਰੇ ਕਿਰਿਆ ਸੀ। ਅਗਲਾ ਕੁਸਚਨ ਦੇਖੋ, ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ, ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਪੜਨਾਮ ਸ਼ਬਦ ਚੁਣੋ। ਹਾਂਜੀ, ਲੁਧਿਆਣਾ ਯੂਨੀਵਰਸਿਟੀ ਪੰਜਾਬ, ਇਹ ਨਾਮ ਨੇ, ਠੀਕ ਹੈ, ਪੜਨਾਮ ਕੀ ਹੈ? ਵੀ ਉਹਨਾਂ। ਅਗਲਾ ਕੁਸਚਨ, ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਕਿਰਿਆ ਚੁਣੋ, ਕਿਰਿਆ ਕੀ ਹੈ ਬੇਟਾ? ਜਾਂਦੀ। ਹੇਠ ਲਿਖੇ ਸ਼ਬਦਾਂ ਦੇ ਵਿੱਚੋਂ ਭਾਵਵਾਚਕ ਨਾਮ ਚੁਣੋ। ਹਾਂਜੀ, ਖੁਸ਼ਹਾਲ, ਖੁਸ਼ਹਾਲੀ। ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਵਿਸ਼ਰਾਮ ਚਿੰਨ੍ਹ, ਵੀ ਡੰਡੀ ਹੋ ਗਿਆ, ਕੋਮਾ ਹੋ ਗਿਆ, ਪ੍ਰਸ਼ਨ ਚਿੰਨ੍ਹ ਹੋ ਗਿਆ ਅਤੇ ਵਿਸਮਿਕ ਚਿੰਨ੍ਹ ਹੋ ਗਿਆ। ਬਹੁਤ ਸੌਖਾ ਸੀ ਇਹ ਵੀ। ਉਪਰੋਕਤ ਪੈਰਿਆਂ ਵਿੱਚੋਂ ਵਿਰੋਧੀ ਸ਼ਬਦ ਨਾਲ ਸਹੀ ਮਿਲਾਨ ਕਰੋ, ਇਹ ਆਪਾਂ ਜਿਹੜਾ ਕੱਲ੍ਹ ਸੈਂਪਲ ਪੇਪਰ ਕੀਤਾ ਸੀ ਵੀ ਹੂਬ ਹੂ ਸੇਮ ਉਹੀ ਨੇ। ਨਾਨੇ ਦਾ, ਨਾਨੀ, ਇਹਨਾਂ ਦਾ, ਉਹਨਾਂ, ਸੱਚ ਦਾ, ਝੂਠ, ਨਫ਼ਰਤ ਦਾ, ਪਿਆਰ। ਅੱਗੇ ਕਵਿਤਾ ਹੈਗੀ ਵੀ, ਕਵਿਤਾ ਦੇ ਵਿੱਚੋਂ ਸੀ, ਠੀਕ ਹੈ, ਇਹਦਾ ਭਾਵ ਸਪਸ਼ਟ ਕਰਕੇ ਲਿਖਣਾ ਸੀ। ਜਿਹੜੀ ਪਹਿਲੀ ਹੈਗੀ, ਜਿਵੇਂ ਜੈ ਭਾਰਤ, ਜੈ ਮਾਤਾ,
ਜਿਵੇਂ ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿੰਦਾ ਗਾ ਕਿ ਭਾਰਤ ਮਾਤਾ ਦੀ ਅਣਖ ਅਤੇ ਆਜ਼ਾਦੀ ਦੀ ਰਾਖੀ ਖਾਤਰ ਦੇਸ਼ ਭਗਤਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਕਹਾਣੀ ਬਹੁਤ ਜ਼ਿਆਦਾ ਲੰਮੇਰੀ ਹੈ ਜਾਂ ਬਹੁਤ ਜ਼ਿਆਦਾ ਲੰਮੀ ਹੈ। ਠੀਕ, ਅੱਗੇ ਆਪਣੇ ਕੋਲ ਪ੍ਰਸ਼ਨ ਉੱਤਰ ਸੀ ਵੀ ਬੱਚਿਆਂ ਨੂੰ ਕਿਹੜੀ ਗੱਲ ਭੈਸਾਗਰ ਲੱਗਦੀ ਸੀ ਵੀ ਜਰਨੈਲੀ ਸੜਕ ਨੂੰ ਪਾਰ ਕਰਕੇ ਜਾਣ। ਸਿੰਜੀ ਸ਼ਰਾਹਾਂ ਦਾ ਮੇਲਾ ਕਿੱਥੇ ਲੱਗਦਾ ਗਾ ਵੀ ਹੁਸ਼ਿਆਰਪੁਰ ਦੀ ਤਹਿਸੀਲ ਦੇ ਵਿੱਚ ਲੱਗਦਾ ਗਾ, ਠੀਕ ਹੈ, ਪਿੰਡ ਅਚਲਪੁਰ ਦੇ ਵਿੱਚ। ਕਦੋਂ ਲੱਗਦਾ ਵੀ ਮੱਗਰ ਦੇ ਜੇਠੇ ਐਤਵਾਰ ਨੂੰ, ਠੀਕ ਹੈ, ਜਿਹੜਾ ਮੱਗਰ ਮਹੀਨੇ ਦਾ ਪਹਿਲਾ ਐਤਵਾਰ ਹੁੰਦਾ ਗਾ ਉਸ ਨੂੰ ਲੱਗਦਾ ਗਾ ਇਹ ਮੇਲਾ। ਬਲਜੀਤ ਅਤੇ ਏਕਮ ਨੂੰ ਕਿਹੜੀ ਕਿਹੜੀ ਖੇਡ ਦਾ ਸ਼ੌਂਕ ਸੀ ਵੀ ਬਹੁਤ ਸੌਖੇ ਪ੍ਰਸ਼ਨ ਸੀ ਜਿਹੜੇ ਆਏ ਸੀ। ਬਲਜੀਤ ਨੂੰ ਤੈਰਾਕੀ ਦਾ ਅਤੇ ਏਕਮ ਨੂੰ ਫੁੱਟਬਾਲ ਦਾ ਸ਼ੌਂਕ ਸੀ। ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਵੀ, ਠੀਕ ਹੈ, ਕਦੋਂ ਰੱਖੀ ਸੀ? 1588 ਦੇ ਵਿੱਚ। ਇਹ ਵੀ ਸੌਖਾ ਸੀ ਪ੍ਰਸ਼ਨ, ਠੀਕ ਹੈ। ਬਾਕੀ ਅੱਗੇ ਸੌਖੇ ਸੀ। ਕਿੰਨੇ ਕੁਸਚਨ ਕਰਨੇ ਸੀ ਤੁਸੀਂ ਇਹਦੇ ਵਿੱਚੋਂ ਵੀ? ਕੋਈ 5 ਕਰਨੇ ਸੀ, ਜਿਵੇਂ ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਗਾ, ਹੈ ਨਾ। ਲੋਹੜੀ ਦਾ ਤਿਉਹਾਰ ਦੇਸੀ ਮਹੀਨਾ ਜਿਹੜਾ ਪੋਹ, ਉਹਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਗਾ। ਇਹ ਤਿਉਹਾਰ ਨਵੇਂ ਜੀਆਂ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਗਾ। ਅੱਗੇ ਵਾਕ ਸੀ ਵੀ, ਜਿਵੇਂ ਦਿਲਾਸਾ, ਠੀਕ ਹੈ, ਮੈਂ ਆਪਣੇ ਦੋਸਤ ਦੇ ਪਿਤਾ ਜੀ ਦੀ ਮੌਤ 'ਤੇ ਉਸਨੂੰ ਦਿਲਾਸਾ ਦਿੱਤਾ। ਸ਼ਾਹਕਾਰ ਰਚਨਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਦਾ ਨਾਮ ਕੀ ਹੈ? ਸੁਖਮਨੀ ਸਾਹਿਬ। ਸ਼ਹਾਦਤ, ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਲਈ ਆਪਣੀ ਸ਼ਹਾਦਤ ਦਿੱਤੀ। ਸਬਰ ਸੰਤੋਖ, ਠੀਕ ਹੈ, ਬਹੁਤ ਸੌਖੇ ਸੌਖੇ ਸੀ ਵੀ, ਸਾਨੂੰ ਸਬਰ ਸੰਤੋਖ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈਗਾ, ਠੀਕ ਹੈ। ਦਲੇਰ, ਠੀਕ ਹੈ, ਇੱਥੇ ਤੁਸੀਂ ਲਿਖ ਸਕਦੇ ਹੋਗੇ ਜਿਵੇਂ ਉਹ ਬਹੁਤ ਦਲੇਰ ਇਨਸਾਨ ਹੈ, ਠੀਕ ਹੈ। ਹਿੰਮਤ, ਠੀਕ ਹੈ, ਬੁਰੇ ਸਮੇਂ ਦੇ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ ਜਾਂ ਮੁਸੀਬਤਾਂ ਦੇ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ। ਜਿਗਰ ਦੇ ਟੋਟੇ, ਠੀਕ ਹੈ, ਬੱਚੇ ਆਪਣੇ ਮਾਤਾ ਪਿਤਾ ਦੇ ਜਿਗਰ ਦੇ ਟੋਟੇ ਹੁੰਦੇ ਹਨ, ਠੀਕ ਹੈ। ਗੁੜ, ਸਾਨੂੰ ਗੁੜ ਦੀ ਚਾਹ ਪੀਣੀ ਚਾਹੀਦੀ ਹੈ, ਠੀਕ। ਅੱਗੇ ਹੇਠ ਲਿਖੇ ਵਾਕ ਵਿੱਚੋਂ ਕਿਰਿਆ ਸ਼ਬਦ ਚੁਣਨੀ ਹੈ ਪੁੱਤਰ। ਕਿਰਿਆ ਕੀ ਹੈ ਵੀ? ਇਹਦੇ ਵਿੱਚੋਂ ਘੰਟੀ, ਦੇਖੋ ਬਜਾਈ, ਬਜਾਈ ਕੀ ਆਪਣੇ ਕੋਲ? ਕਿਰਿਆ। ਅੱਗੇ ਲੇਖ ਸੀ ਵੀ ਸੌਖੇ ਸੀ, ਇੱਕ ਪੱਤਰ ਸੀ, ਇੱਕ ਆਪਣੇ ਕੋਲ ਬਿਨੇ ਪੱਤਰ ਸੀ, ਦੋਨੋਂ ਸੌਖੇ ਸੀ, ਉਮੀਦ ਹੈ ਤੁਸੀਂ ਕਰਕੇ ਆਏ ਹੋਗੇ, ਆਸਾਨ ਸੀ। ਇਸ ਤੋਂ ਬਾਅਦ ਸਾਰਥਕ ਸ਼ਬਦ ਲੱਭਣੇ ਸੀ ਬੇਟਾ, ਜਿਵੇਂ ਪਹਿਲਾਂ ਦੇਖੋ ਖਲਕਤ ਹੋ ਗਿਆ, ਠੀਕ, ਇਸ ਤੋਂ ਬਾਅਦ ਪੈਨ ਹੋ ਗਿਆ, ਠੀਕ ਹੈ, ਪਰਬਤ ਹੋ ਗਿਆ, ਲਾਭ ਹੋ ਗਿਆ, ਭਜਨ ਹੋ ਗਿਆ, ਠੀਕ ਹੈ, ਮਾਲਕ ਹੋ ਗਿਆ, ਅੱਗ ਹੋ ਗਿਆ, ਪੀੜ ਹੋ ਗਿਆ, ਠੀਕ ਹੈ, ਬੂਹਾ ਹੋ ਗਿਆ, ਕਦਮ ਹੋ ਗਿਆ, ਕਰਮ ਹੋ ਗਿਆ, ਲੋਹਾ ਹੋ ਗਿਆ, ਠੀਕ ਹੈ। ਸੌਖੇ ਸੀ ਅਤੇ ਉਮੀਦ ਹੈ ਤੁਸੀਂ ਕਰਕੇ ਆਏ ਹੋਗੇ। ਜਿਵੇਂ ਇੱਧਰੋਂ ਦੇਖੋ ਲੱਕੜ ਬਣ ਗਿਆ, ਠੀਕ ਹੈ, ਰਕਮ, ਟੋਪੀ, ਠੀਕ ਹੈ, ਇੱਥੇ ਗਰਦਨ, ਠੀਕ। ਐਵੇਂ ਤੁਸੀਂ 8 ਬਣਾਉਣੇ ਸੀ, ਵੈਸੇ ਕੋਸ਼ਿਸ਼ ਕਰਨੀ ਸੀ ਵੀ ਵੱਧ ਬਣਾਏ ਜਾਣ। ਨਾਮ ਸੀ ਅੱਗੇ ਕੁਸਚਨ ਸੀ ਵੀ ਨਾਮ ਦੀ ਪਰਿਭਾਸ਼ਾ, ਠੀਕ ਹੈ, ਜਿਹੜੇ ਸ਼ਬਦ ਤੋਂ ਕਿਸੇ ਥਾਂ, ਗੁਣ, ਹਾਲਤ ਦਾ ਬੋਧ ਹੋਵੇ ਉਸ ਨੂੰ ਅਸੀਂ ਵਿਆਕਰਨ ਦੇ ਵਿੱਚ ਨਾਮ ਕਹਿੰਦੇ ਹਾਂ ਕਿ ਜਿਵੇਂ ਰਾਮ, ਜਲੰਧਰ, ਮਿਠਾਸ ਆਦਿ। ਪੜਨਾਮ ਕੀ ਸੀ ਬੇਟਾ? ਜਿਹੜੇ ਸ਼ਬਦ ਨਾਮ ਦੀ ਸ਼ਬਦ ਦੀ ਥਾਂ 'ਤੇ ਵਰਤੇ ਜਾਣ
ਉਹਨਾਂ ਨੂੰ ਅਸੀਂ ਪੜਨਾਮ ਕਹਿੰਦੇ ਹਾਂਗੇ, ਜਿਵੇਂ ਮੈਂ, ਉਹ, ਇਹ, ਉਹਨਾਂ, ਇਹਨਾਂ ਆਦਿ। ਠੀਕ, ਪੇਪਰ ਸੌਖਾ ਸੀ ਅਤੇ ਉਮੀਦ ਹੈ ਵੀ ਸਾਰੇ ਵਿਦਿਆਰਥੀਆਂ ਦਾ ਬਹੁਤ ਵਧੀਆ ਹੋਏਗਾ ਅਤੇ ਵਧੀਆ ਅੰਕ ਇਸ ਪੇਪਰ ਦੇ ਵਿੱਚੋਂ ਆਉਣਗੇ ਤੁਹਾਡੇ। ਨੈਕਸਟ ਤੁਹਾਡਾ ਬੇਟਾ ਇੰਗਲਿਸ਼ ਦਾ ਪੇਪਰ ਹੈ ਵੀ, ਆਪਣੀ ਉਹਦੀ ਤਿਆਰੀ ਕਰੋ। ਠੀਕ ਹੈ, ਜਿਵੇਂ ਆਪਾਂ ਕੱਲ੍ਹ ਇੱਕ ਸੈਂਪਲ ਪੇਪਰ ਪਾਇਆ ਸੀ, ਉਹਦੇ ਵਿੱਚੋਂ ਕਾਫੀ ਪੇਪਰ ਆਏ ਸੀ, ਤਾਂ ਆਪਾਂ ਇੰਗਲਿਸ਼ ਦਾ ਵੀ ਸੈਂਪਲ ਪੇਪਰ ਅਪਲੋਡ ਕੀਤਾ ਹੋਇਆਗਾ, ਜਿਹੜਾ ਮਾਡਲ ਟੈਸਟ ਪੇਪਰ ਵਿਭਾਗ ਨੇ ਭੇਜਿਆਗਾ। ਉਮੀਦ ਹੈ ਉਹਦੇ ਵਿੱਚ ਵੀ ਤੁਹਾਨੂੰ ਕੁਐਸਚਨ ਆਉਣਗੇ। ਇਸ ਤੋਂ ਬਾਅਦ ਇਸ ਦੇ ਨਾਲ ਹੀ ਤੁਹਾਨੂੰ ਪ੍ਰੀ ਬੋਰਡ ਵਾਲਾ ਜਿਹੜਾ ਪੇਪਰ ਸੀ ਉਹਦਾ ਵੀ ਹੱਲ ਇਸ ਵੀਡੀਓ ਦੇ ਐਂਡ 'ਤੇ ਦਿਖਾਈ ਦੇਵੇਗਾ। ਉੱਥੋਂ ਤੁਸੀਂ ਉਹ ਦੋਨੋਂ ਵੀਡੀਓਜ਼ ਦੇਖ ਕੇ ਆਪਣੀ ਤਿਆਰੀ ਕਰ ਸਕਦੇ ਹੋ। ਠੀਕ ਹੈ ਬੇਟਾ, ਓਕੇ ਜੀ, ਥੈਂਕ ਯੂ।